ਉਧਰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਗੋਲਫ ਖੇਡਦੇ ਸਮੇਂ ਗੰਭੀਰ ਰੂਪ ਨਾਲ ਜ਼ਖਮੀ ਹੋਣ ਤੋਂ ਬਚ ਗਏ। ਗੋਲਫ ਖੇਡਦੇ ਸਮੇਂ ਉਸਦੇ ਸ਼ਾਟ ਤੋਂ ਨਿਕਲੀ ਗੇਂਦ ਸਿੱਧਾ ਉਸਦੇ ਚਿਹਰੇ ਤੇ ਆ ਲੱਗੀ। ਭਾਰਤੀ ਟੀਮ ਦੇ ਖਿਲਾਫ ਪਹਿਲੇ ਟੈਸਟ ਮੈਚ ਵਿੱਚ 31 ਦੌੜਾਂ ਨਾਲ ਜਿੱਤ ਦਰਜ ਕਰਨ ਤੋਂ ਬਾਅਦ ਐਂਡਰਸਨ ਆਪਣੇ ਸਾਥੀ ਗੇਂਦਬਾਜ਼ ਦੇ ਨਾਲ ਗੋਲਫ ਦਾ ਮਜ਼ਾ ਲੈ ਰਹੇ ਸਨ। ਬ੍ਰੈਂਡ ਨੇ ਇਸ ਹਾਸੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕੀਤਾ। ਐਂਡਰਸਨ ਦੇ ਸ਼ਾਟ ਨਾਲ ਖੇਂਦ ਸਿੱਧਾ ਉਸਦੇ ਚਿਹਰੇ ਤੇ ਆ ਲੱਗੀ। ਬ੍ਰੈਂਡ ਨੇ ਇਸ ਦਾ ਵੀਡੀਓ ਸ਼ੇਅਰ ਕਰਦੇ ਲਿਖਿਆ ਕਿ ਇੰਗਲੈਂਡ ਦੇ ਲਈ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲਾ ਗੇਂਦਬਾਜ਼ ਪੂਰੀ ਤਰ੍ਹਾਂ ਫਿੱਟ ਹੈ। ਵੀਡੀਓ ਵਿੱਚ ਐਂਡਰਸਨ ਸੱਟ ਦੇ ਕਾਰਨ ਤੇਜ਼ੀ ਨਾਲ ਪਿੱਛੇ ਮੁੜਦੇ ਦਿਸੇ, ਪਰ ਬ੍ਰੈਂਡ ਇੱਥੇ ਵੀ ਚੁਟਕੀ ਲੈਣ ਦੇ ਮੌਕੇ ਤੋਂ ਨਹੀਂ ਖੁੰਝੇ। 5 ਮੈਚਾਂ ਦੀ ਸੀਰੀਜ਼ ਦਾ ਦੂਜਾ ਟੈਸਟ 9 ਅਗਸਤ ਤੋਂ ਲਾਡਰਸ ਮੈਦਾਨ ਵਿੱਚ ਖੇਡਿਆ ਜਾਵੇਗਾ। ਮੇਜ਼ਬਾਨ ਇੰਗਲੈਂਡ ਸੀਰੀਜ਼ ਵਿੱਚ 1-0 ਨਾਲ ਅੱਗੇ ਹੈ।